धोखा खाना भाइयों पे एक और धारावाहिक में आपका स्वागत है। मैं हूं आपका अपना हरिया, मेरे साथ है हर्ष पाजी और आज हम आए हैं जट बर्गर खाने। जट बर्गर केकड़ा बर्गर भाजी, भाजी लेट मी शो यू, मैं थोनू दिखाउणा किद्दां हुंदा जट बर्गर। इहदा कारण है कोई इहनू जट बर्गर तां कहिंदे आ, ते अपना कहिंदे पंजाब च ही बणदा सिर्फ। आ देखो, वी आर फाइनली हियर एट सरदार जी बर्गर पॉइंट एंड मेरे साथ हैं सरदार जी बर्गर पॉइंट के ओनर हरजोत जी। सर सबसे पहले तो थैंक यू सो मच, तुम्हें सानू टाइम दिता जी, सत श्री अकाल जी। सर असं कल आए थे गोल्डी चिकन पॉइंट पर, तो उत्थे असीं चिकन खाधा, उन्होंने असीं पुछया भी इत्थे होर किहड़े पॉपूलर अपने हैगे जिवें स्ट्रीट फूड वाले अपने जिहड़े वधिया भरा कोई बणाउंदा होवे, ते उन्होंने मैनूं थोड़ी रेफरेंस दित्ती। फिर मैं रात जाके की कीता, मैं ना अपने कमेंटा च पढ़िया यूट्यूब के कमेंटा च, ते उत्थे भी थोड़ी रेफरेंस बहुत ज़्यादा सी भी इन्हां दा बर्गर खा के आओ एक बार। पहला तो सर मेरी ऑडियंस नूं दसो भी खासियत की है, भी लोग थोड़े इन्ने दीवाने किदां लुधियाने दे। खासियत इदां कि अपना बर्गर दे कम खाते विच किहड़ा ठीक है जी, डेयरी क्रीम डेयरी वाला ਆਪਣਾ ਫਰੈਸ਼ ਮਾਲ ਠੀਕ ਹੈ ਜੀ, ਡੇਲੀ ਬਣਦਾ ਵਾ। ਕਿਆ ਬਾਤ ਹੈ, ਡੇਲੀ ਸਮਾਨ ਲੈ ਕੇ ਆਉਂਦਾ। ਠੀਕ ਹੈ ਜੀ, ਕਮ ਮੱਖਣ 14-15 ਮੱਖਣ ਡੇਲੀ ਲੱਗਦਾ। ਕਿਆ ਬਾਤ ਹੈ ਜੀ, ਬਰਗਰ ਵੀ ਘੱਟੋ ਘੱਟ 400-500 ਡੇਲੀ ਲੱਗਦਾ। ਕਿਆ ਬਾਤ ਹੈ, 700-800 ਬਰਗਰ। ਵਾਹਿਗੁਰੂ, ਕਿਆ ਬਾਤ, 700-800 ਬਰਗਰ ਦਿਨ ਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅਤੇ ਇੱਕ ਮੈਂ ਦੇਖਿਆ ਜਿਹੜਾ ਜਦੋਂ ਬਰਗਰ ਬਣ ਰਿਹਾ ਨਾ, ਉਹਦੇ 'ਚ ਬਾਕੀ ਲੁਧਿਆਣੇ ਵਾਲੇ ਨੂਡਲਸ ਬਹੁਤ ਪਾਉਂਦੇ ਬਰਗਰ 'ਚ, ਤੁਹਾਡੇ ਇੱਥੇ ਨੂਡਲਸ ਨਹੀਂ ਪਾਉਂਦੇ? ਸਾਡੇ ਤੋਂ ਸ਼ੁਰੂ ਤੋਂ ਹੀ ਜਿਹੜਾ ਕਸਟਮਰ ਹੈ ਠੀਕ ਹੈ ਜੀ, ਉਹ ਮਤਲਬ ਨੂਡਲ ਪਾਉਂਦੇ ਪੁਰਾਣਾ ਕਸਟਮਰ ਜਿਹੜਾ ਖਾਂਦੇ। ਠੀਕ ਹੈ ਜੀ, ਸਾਡੇ ਗਾਹਕ ਕਈ 2-3-4 ਵਾਲੇ ਖਾਂਦੇ। ਕਿਆ ਬਾਤ ਹੈ ਜੀ, ਕਹਿੰਦੇ ਖਾਂਦੇ ਸਾਨੂੰ ਸਵਾਦ ਨਹੀਂ ਆਇਆ। ਕਿਆ ਬਾਤ, 2-3 ਬੰਦੇ ਖਾ ਜੀ। ਕਿਆ ਬਾਤ। ਅਤੇ ਸਰ ਬਰਗਰ ਦੀ ਕਹਾਣੀ ਕੀ ਹੈ, ਮਤਲਬ ਤੁਸੀਂ ਕਿੰਨੇ ਕੁ ਸਾਲ ਪਹਿਲਾਂ ਸ਼ੁਰੂ ਕੀਤਾ ਸੀ? ਆਪਣਾ 22 ਸਾਲ ਹੋ ਗਏ, ਮੇਰੇ ਫਾਦਰ ਸਾਹਿਬ ਕਰਦੇ ਸੀ। ਠੀਕ ਹੈ ਜੀ, ਸਭ ਤੋਂ ਪਹਿਲਾਂ ਫਲੈਟ ਦਾ ਕੰਮ ਕਰਦੇ ਸੀਗੇ। ਠੀਕ ਹੈ ਜੀ, ਉਹਨਾਂ ਨੇ ਮਿਹਨਤ ਬੜੀ ਕੀਤੀ ਕਿ ਅੱਜ ਖੁਸ਼ੀ ਦਾ ਬੈਠਾ। ਕਿਆ ਬਾਤ ਹੈ, ਮੇਰੇ ਫਾਦਰ ਸਾਹਿਬ ਦੀ ਦੌਲਤ ਹੈ ਜੋ ਮੈਂ ਇੱਥੇ ਬੈਠਾ। ਕਿਆ ਬਾਤ ਹੈ ਜੀ, ਮਿਹਨਤ ਕੀਤੀ ਹੈ ਬਹੁਤ, ਬੜਾ ਪਹਿਲਾਂ ਫਲੈਟ ਦਾ ਕੰਮ ਕਰਦੇ ਹੁੰਦੇ ਸੀਗੇ। ਠੀਕ ਹੈ ਜੀ, ਅੱਜ ਕਿਰਪਾ ਕੀਤੀ, ਕੰਮ ਬਹੁਤ ਵਧੀਆ ਚੱਲ ਰਿਹਾ। ਕਿਆ ਬਾਤ ਹੈ ਸਰ, ਕਿਆ ਬਾਤ ਹੈ ਜੀ, ਜਿਵੇਂ ਕਹਿੰਦੇ ਫਾਦਰ ਸਾਹਿਬ, ਫਾਦਰ ਸਾਹਿਬ ਫਾਦਰ ਸਾਹਿਬ ਹੀ ਹੈ ਨਾ, ਜੇ ਫਾਦਰ ਸਾਹਿਬ ਨਹੀਂ ਤਾਂ ਫਿਰ ਮੁੰਡਾ ਕੁਛ ਨਹੀਂ, ਫਿਰ ਪੁੱਤ ਕੁਛ ਨਹੀਂ। ਬਿਲਕੁਲ, ਉਹਨਾਂ ਨੇ ਹੱਥੀਂ ਮਿਹਨਤ ਕੀਤੀ, ਆਪਾਂ ਨੂੰ ਕੁਰਸੀਆਂ 'ਤੇ ਪਾਇਆ। ਕਿਆ ਬਾਤ ਹੈ ਜੀ, ਬਹੁਤ ਵਧੀਆ ਗੱਲ ਹੈ ਸਰ। ਹਰਸ਼ ਭਾਜੀ ਕੇ ਵੀ ਜੋ ਫਾਦਰ ਹੈ, ਉਹਨਾਂ ਨੇ ਫਲੈਟ ਕਾ ਕੰਮ ਕੀਆ ਹੈ, ਤੋ ਭਾਜੀ ਮੁਝੇ ਔਰ ਸ਼ਾਇਦ ਮੇਰੀ ਆਡੀਅੰਸ ਕੋ, ਮਤਲਬ ਮੈਂ ਤੁਹਾਨੂੰ ਪੰਜਾਬੀ ਪੁੱਛਦਾ, ਭਾਜੀ ਮੈਨੂੰ ਅਤੇ ਮੇਰੀ ਆਡੀਅੰਸ ਨੂੰ ਸ਼ਾਇਦ ਸਾਨੂੰ ਨਹੀਂ ਪਤਾ ਵੀ ਫਲੈਟ ਦਾ ਕੰਮ ਹੁੰਦਾ ਕੀ ਹੈ, ਅਤੇ ਇਹਦੇ 'ਚ ਕੀ ਮਿਹਨਤ ਹੈ, ਕੀ ਇਹਦੇ 'ਚ ਸਟਰਗਲ ਕੀ ਹੈ, ਅਤੇ ਫਲੈਟ ਦਾ ਕੰਮ ਹੁੰਦਾ ਕੀ ਹੈ? ਫਲੈਟ ਦਾ ਕੰਮ ਹੁੰਦਾ ਕਿ ਜਿਹੜੇ ਹੋਜ਼ਰੀ ਲਾਈਨ ਦੇ ਵਿੱਚ ਸਵੈਟਰ ਜਿਹੜੇ ਆਪਾਂ ਪਾਉਂਦੇ ਹਾਂ ਦੇ ਵਿੱਚ, ਉਹਦੇ ਪੱਲੇ ਬਣਦੇ, ਫਰੰਟ ਦੇ ਬੈਕ ਦੇ ਪੱਲੇ ਬਣਦੇ ਸੀ। ਠੀਕ ਹੈ ਜੀ, ਉਹਨਾਂ ਮਸ਼ੀਨਾਂ ਦੇ, ਹੁਣ ਤਾਂ ਇਲੈਕਟ੍ਰੋਨਿਕ ਮਸ਼ੀਨਾਂ ਆ ਗਈਆਂ, ਅਤੇ ਉਹ ਮਸ਼ੀਨ ਨੂੰ ਚਲਾਉਣ ਲਈ ਬਹੁਤ ਜ਼ਿਆਦਾ ਜ਼ੋਰ, ਇੱਕ ਦੇ ਜ਼ੋਰ 'ਤੇ ਚੱਲਦੀ ਸੀ। ਕਿਆ ਬਾਤ, ਕਿਆ ਬਾਤ, ਅਤੇ ਜਿਹੜੇ ਪੁਰਾਣੇ ਮੇਰੇ ਫਾਦਰ ਸਾਹਿਬ ਵੀ ਆ, ਉਹ ਸਿਰੇ 6-6 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਖੜ੍ਹੇ ਖੜ੍ਹੇ ਉਹ ਮਸ਼ੀਨਾਂ ਹੀ ਚਲਾਉਂਦੇ ਰਹੇ 16 ਘੰਟੇ। ਕਿਆ ਬਾਤ ਹੈ ਜੀ, ਇੰਡਸਟਰੀ ਕਾਫੀ ਆਪਣੀ ਤੇਜ਼ ਸੀਗੀ। ਠੀਕ ਹੈ ਜੀ, ਲੁਧਿਆਣੇ ਦੀ? ਠੀਕ ਹੈ ਜੀ, ਬਹੁਤ ਲੁਧਿਆਣੇ ਦੀ। ਠੀਕ ਹੈ ਜੀ, ਉਹ 'ਚ ਹਾਰਡਵਰਕ ਬਹੁਤ ਹੈ। ਅੱਛਾ, ਅਤੇ ਧੂੜ ਉੱਡਦੀ ਸੀ ਉਸ ਟਾਈਮ 'ਤੇ। ਠੀਕ ਹੈ ਜੀ, ਮੈਨੂੰ ਪਤਾ ਨਹੀਂ ਨੈਕ ਇਲੈਕਟ੍ਰੋਨਿਕ, ਉਸ ਟਾਈਮ ਜਿਹੜੀ ਧੂੜ ਉੱਡਦੀ ਸੀ ਜਦੋਂ ਸਵੈਟਰ ਬਣਦਾ ਸੀਗਾ, ਠੀਕ ਹੈ, ਉਹਦਾ ਰੇਸ਼ਾ ਤਿਲੇ 'ਚ ਜਾਂਦਾ ਸੀਗਾ। ਠੀਕ ਹੈ, ਕਈਆਂ ਨੂੰ ਸਾਹ ਦੀ ਪ੍ਰੋਬਲਮ ਜਾਂ ਦਬੇ ਦੀ ਜ਼ਿੰਦਗੀ ਸ਼ਿਕਾਇਤ ਰਹਿੰਦੀ ਸੀ, ਬਹੁਤ ਜ਼ਿਆਦਾ ਇਸ ਇੰਡਸਟਰੀ 'ਤੇ ਬੰਦਿਆਂ ਨੂੰ। ਕਿਆ ਬਾਤ, ਕਿਆ ਬਾਤ ਹੈ ਜੀ। ਸੋ ਬੇਸਿਕਲੀ ਭਾਜੀ ਦੇ ਜਿਹੜੇ ਫਾਦਰ ਸਾਹਿਬ ਹੈ, ਉਹਨਾਂ ਨੇ ਫਲੈਟ ਦਾ ਕੰਮ ਕੀਤਾ, ਫਲੈਟ ਦੇ ਕੰਮ 'ਚੋਂ ਫਿਰ ਵੀ ਮਾਲਕ ਨੇ ਮਿਹਰ ਕੀਤੀ, ਅਤੇ ਆਪਾਂ ਇੱਧਰ ਆਏ, ਅਤੇ ਆਪਾਂ ਬਰਗਰ ਦਾ ਕੰਮ ਸ਼ੁਰੂ ਕੀਤਾ, ਅਤੇ ਅੱਜ ਬਾਬੇ ਦੀ ਮਿਹਰ ਹੈ ਪੂਰੀ। ਕਿਆ ਬਾਤ ਹੈ ਸਰ, ਬਹੁਤ ਅੱਛੀ ਗੱਲ ਹੈ ਜੀ। ਲੈਟਸ ਡੂ ਅ ਟੇਸਟ ਟੈਸਟ, ਆਈਲ ਸ਼ੋ ਯੂ ਵਟ ਦ ਬਰਗਰ ਲੁਕਸ ਲਾਈਕ, ਐਂਡ ਪਹਿਲੇ ਇਹ ਦੇਖੋ ਕਿ ਬਣਤਾ ਕੈਸੇ ਹੈ। ਸੋ ਦਿਸ ਇਜ਼ ਵੇਅਰ ਵੀ ਆਰ ਐਟ, ਦਿਸ ਇਜ਼ ਕਾਲਡ ਸਿੰਗ ਇਜ਼ ਕਿੰਗ, ਸਰਦਾਰ ਜੀ ਸਪੈਸ਼ਲ ਬਰਗਰ, ਐਂਡ ਭਾਜੀ ਇਹ ਦੇਖੋ ਸ਼ੁਰੂ ਕਰ ਚੁੱਕੇ ਹਾਂ। ਲੁੱਕ ਇਦ ਮੱਖਣ, ਡੋਂਟ ਟਰਾਈ ਦਿਸ ਐਟ ਹੋਮ। ਆ ਭਾਜੀ ਕਿੰਨਾ ਮੱਖਣ ਹੈ ਇਹ? ਅੱਧਾ ਕਿਲੋ, ਅੱਧਾ ਕਿਲੋ ਮੱਖਣ। ਬਸ ਦੇਖਤੇ ਜਾਓ ਕਿਆ ਹੋ ਰਿਹਾ ਹੈ। ਵਾਓ, ਉਹ ਔਰ ਆ ਗਿਆ ਮੱਖਣ। ਕਿਆ ਬਾਤ ਹੈ ਜੀ, ਭਾਜੀ ਦਿਨ ਦਾ ਕਿੰਨਾ ਕਿਲੋ ਮੱਖਣ ਲੱਗ ਜਾਂਦਾ? 8 ਕਿਲੋ, 8 ਕਿਲੋ ਮੱਖਣ ਦਿਨ ਦਾ। ਵਾਹਿਗੁਰੂ, ਕਿਆ ਬਾਤ ਹੈ ਸਰ। ਤੁਹਾਡਾ ਨਾਮ ਕੀ ਸਰ? ਸੁਨੀਲ ਕੁਮਾਰ ਜੀ।
So he's basically the specialist here. He makes burgers and look at the speed of his hands. Look at that. ਹਜੇ ਤੱਕ ਪੰਜਾਬ ਦਾ ਬਨ ਮਸਕਾ ਬਣਿਆ ਇਹ ਹਜੇ ਬਰਗਰ ਬਣਨਾ ਇਹਦਾ ਇਟਸ ਸੋ ਸੌਫਟ ਇਟਸ ਬ੍ਰੇਕਿੰਗ ਅਪ ਲੁੱਕ ਐਟ ਦੈਟ ਵਾਓ ਵਾਓ ਸਰ ਇਹ ਪੁਦੀਨੇ ਦੀ ਚਟਨੀ ਕਿ ਕੁਛ ਹੋਰ ਵੀ ਪਾਉਣੇ ਵਿੱਚ ਧਨੀਆ ਪੁਦੀਨਾ ਮਿਰਚੀ ਔਰ ਨਮਕ ਐਂਡ ਦੈਨ ਇਹ ਕਿਹੜੀ ਭਾਜੀ ਕੈਚਅਪ ਹੈ ਅੱਛਾ ਸੋ ਦਿਸ ਇਜ਼ ਅ ਟੋਮੇਟੋ ਕੈਚਅਪ ਐਂਡ ਇਹ ਆ ਗਈ ਟਿੱਕੀ ਪਿਆਜ਼ ਆ ਗਿਆ ਖੀਰਾ ਆ ਗਿਆ ਇਹ ਕਰਾਊਨ ਆ ਗਿਆ ਲੁੱਕ ਐਟ ਦੈਟ ਵਾਓ ਲੁੱਕ ਐਟ ਦ ਸਪੀਡ ਭਾਜੀ ਕਿੰਨੇ ਸਾਲ ਤੋਂ ਬਣਾ ਰਹੇ ਹੋ ਦਸ ਸਾਲ ਹੋ ਗਏ ਕਿਆ ਬਾਤ ਹੈ ਜੀ ਅੱਛਾ ਪਿਆਜ਼ ਕੇ ਉੱਪਰ ਵੀ ਕਰੀਮ ਜਾਤੀ ਹੈ ਔਰ ਕੈਚਅਪ ਆ ਗਈ ਓ ਲੁੱਕ ਐਟ ਦੈਟ ਲੁੱਕ ਐਟ ਦ ਸਪੀਡ ਕਰੋ ਜੀ ਕਰੋ ਲੁੱਕ ਐਟ ਦੈਟ ਵਾਓ ਪੈਕ ਹੋ ਗਿਆ ਇਹ ਬਰਗਰ ਚੈੱਕ ਕਰੋ ਜੀ ਇਹ ਅਮੁਲ ਕਾ ਮੱਖਣ ਹੈ ਸੋ ਹੀ ਇਜ਼ ਅ ਟੇਸਟ ਟੈਸਟ ਜੱਟ ਬਰਗਰ ਵਾਓ ਦ ਬੈਸਟ ਪਾਰਟ ਇਟਸ ਵੈਰੀ ਕਰੀਮੀ ਵੈਰੀ ਗ੍ਰੀਸੀ ਸੌਫਟ ਹੈ ਬਹੁਤ ਜ਼ਿਆਦਾ ਹੀ ਸੌਫਟ ਹੈ ਯਾਰ ਮਤਲਬ ਦੇਖੋ ਬਾਈਟ ਲਈ ਔਰ ਖਤਮ ਲੁੱਕ ਐਟ ਦਿਸ ਇਸਮੇ ਬਹੁਤ ਸਾਲੋਂ ਕਾ ਪਿਆਰ ਔਰ ਮਿਹਨਤ ਔਰ ਸਟਰਗਲ ਹੈ ਅਮੇਜ਼ਿੰਗ ਬਰਗਰ ਹੈ ਯਾਰ ਬਹੁਤ ਮਜ਼ੇਦਾਰ ਬਹੁਤ ਹੀ ਜ਼ਿਆਦਾ ਮਜ਼ੇਦਾਰ ਐਬਸਲੂਟਲੀ ਵਰਥ ਦ ਟ੍ਰਿਪ ਟੂ ਦਿਸ ਏਰੀਆ ਇਹ ਜੋ ਜਗ੍ਹਾ ਹਰਗੋਬਿੰਦ ਨਗਰ ਯਹਾਂ ਆਨੇ ਕੇ ਲੀਏ ਅਗਰ ਆਪਕੋ ਇਸਕੋ ਖਾਣੇ ਕੇ ਲੀਏ ਯਹਾਂ ਆਨਾ ਪੜੇ ਇਟਸ ਐਬਸਲੂਟਲੀ ਵਰਥ ਇਟ ਮਜ਼ੇਦਾਰ ਬਰਗਰ ਜਾਨ ਬਿਲਕੁਲ ਨਾਮ ਇਹਦਾ ਜੱਟ ਬਰਗਰ ਰਾਜਾ ਜੀ ਪਾਇਆ ਕਿਆ ਬਾਤ ਫਿਰ ਵੀ ਖਾਣ ਲੱਗ ਲੱਗਦਾ ਵੀ ਕਦੋਂ ਖਤਮ ਹੋ ਗਿਆ ਬਿਲਕੁਲ 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 ਸਹੀ ਗੱਲ ਹੈ ਮੈਲਟ ਹੋ ਰਿਹਾ ਬਿਲਕੁਲ ਜਿੰਨਾ ਦੇਖੋ ਉੱਥੇ ਲੱਗ ਰਿਹਾ ਸੀ ਨਾ ਵੀ ਬਹੁਤ ਜ਼ਿਆਦਾ ਮੱਖਣ ਬਹੁਤ ਜ਼ਿਆਦਾ ਬਟ ਉਹਨਾਂ ਹੀ ਚੀਜ਼ ਐਂਡ ਬਣ ਗਈਆਂ ਬਹੁਤ ਅਤੇ ਜਿਹੜਾ ਨਾਲੇ ਮੱਖਣ ਨਾ ਵਿੱਚ ਰਸ ਗਿਆ ਵੀ ਜਿਵੇਂ ਉਹਦੇ ਲਈ ਬਣਿਆ ਮੱਖਣ ਜਿਹੜੀ ਮੇਨ ਗੱਲ ਆ ਕਿ ਬਿਨਾਂ ਨਿਊਡਲ ਵਾਲਾ ਬਰਗਰ ਹਾਂ ਮਸਾਲਾ ਵਾਂਗ ਆ ਰਿਹਾ ਸਹੀ ਗੱਲ ਆ ਜੋ ਜੱਟ ਬਰਗਰ ਥਾ ਨਾ ਯਾਰ ਪਿਆਰ ਸੇ ਭਰਾ ਹੁਆ ਥਾ ਦੈਟ ਵਾਜ਼ ਦ ਬੈਸਟ ਪਾਰਟ ਐਂਡ ਮਤਲਬ ਇੰਨਾ ਕੁ ਪਿਆਰ ਮੱਖਣ ਦੇ ਰੂਪ 'ਚ ਐਡਾ ਕੁ ਪਿਆਰ ਪਾਇਆ ਸੀ ਉਹਦੇ 'ਚ ਕਿ ਇਟ ਵਾਜ਼ ਵੈਰੀ ਡਿਲੀਸ਼ੀਅਸ ਬਟ ਅਬ ਇੱਕ ਘੰਟਾ ਹੋ ਚੁੱਕਾ ਉਸਕੋ ਐਂਡ ਅਬ ਪਤਾ ਚੱਲ ਰਿਹਾ ਕਿ ਕਿੰਨਾ ਹੈਵੀ ਥਾ ਇਟ ਵਾਜ਼ ਵੈਰੀ ਹੈਵੀ ਤੋ ਹਮ ਵਾਪਸ ਆ ਰਹੇ ਥੇ ਐਂਡ ਮੈਨੇ ਭਾਜੀ ਕੋ ਬੋਲਾ ਮੈਨੇ ਕਿਹਾ ਭਾਜੀ ਯਾਰ ਕਹੀਂ ਸੂਪ ਪੀਣਾ ਤੋ ਭਾਜੀ ਮੁਝੇ ਲਿਆ ਯਹਾਂ ਪੇ ਡੰਡੀ ਸਵਾਮੀ ਐਂਡ ਡੰਡੀ ਸਵਾਮੀ ਮੈਂ ਹੈ ਜੀ ਇਹ ਪਟਿਆਲਾ ਸ਼ਾਹੀ ਕਾਲੇ ਚਨੇ ਕਾ ਸੂਪ ਯਹਾਂ ਪੇ ਆ ਕੇ ਹਮਨੇ ਸੂਪ ਪੀਆ ਐਂਡ ਮੇਰੀ ਨਾ ਇੱਕ ਆਦਤ ਹੋ ਗਈ ਹੈ ਕਿ ਮੈਂ ਜਬ ਵੀ ਕਿਸੀ ਵੈਂਡਰ ਕੇ ਪਾਸ ਜਾਤਾ ਹੂੰ ਕੁਛ ਖਾਣੇ ਜਾਂ ਪੀਣੇ ਤੋ ਮੈਂ ਉਨਸੇ ਨਾ ਬਾਤ ਕਰਨੇ ਲੱਗ ਜਾਤਾ ਹੂੰ ਕਿ ਸਰ ਕਿੰਨੇ ਸਾਲ ਹੋ ਗਏ ਕਿਆ ਕਿਆ ਸਰਵ ਕਰ ਰਹੇ ਹੋ ਕਿਆ ਪ੍ਰਾਈਸ ਹੈ ਕਿਆ ਇਹ ਸਭ ਚੀਜ਼ਾਂ ਐਂਡ ਫਿਰ ਮੈਂ ਬਾਤੇ ਕਰਤੇ ਕਰਤੇ ਨਾ ਉਨਕੀ ਕਹਾਣੀ ਜਾਣਨੇ ਕੀ ਕੋਸ਼ਿਸ਼ ਕਰਤਾ ਹੂੰ ਬਿਕੋਜ਼ ਆਪ ਤੱਕ ਲੈ ਕੇ ਆਉਣੀ ਹੋਤੀ ਹੈ ਤੋ ਜਿਹੜੇ ਆ ਸਰਦਾਰ ਜੀ ਹੈ ਪਟਿਆਲਾ ਸ਼ਾਹੀ ਚਨੇ ਦੇ ਸੂਪ ਵਾਲੇ ਇਹਨਾਂ ਦੀ ਵੀ ਇੱਕ ਕਹਾਣੀ ਹੈ ਜੇ ਤੁਸੀਂ ਕਹਾਣੀ ਜਾਣਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਕੱਲ੍ਹ ਦੀ ਵੀਡੀਓ 'ਚ ਦੱਸੂੰਗਾ ਵੀ ਇਹਨਾਂ ਦੀ ਕੀ ਕਹਾਣੀ ਹੈ ਜੀ ਅਗਰ ਇਹ ਵੀਡੀਓ ਆਪਕੋ ਅੱਛੀ ਲੱਗੀ ਤੋ ਪਲੀਜ਼ ਲਾਈਕ ਕਰ ਦੇਣਾ ਇਸ ਚੈਨਲ ਪਰ ਜਾਓ
10, 15, 20, 25, 30 जितनी आपका मन करे उतनी वीडियोस देखो. एंड अगर आपको ये कंटेंट अच्छा लगता है तो हमें सपोर्ट करो, हमें आपके सपोर्ट की ज़रूरत है. प्लीज़ सब्सक्राइब कर लो चैनल को एंड कमेंट करके बताओ अगर कोई ऐसी जगह है जहाँ अभी तक हम नहीं गए, वहाँ हम जाएंगे एंड वहाँ पे हम फूड रिव्यू करेंगे. विल कैच यू इन द नेक्स्ट वीडियो. अंटिल देन कल मिलते हैं यार.